पुलिस ते आए दिन हमले हो रहे ने। ताजा मामला नाभा तो सामने आया है जिथे प्लॉट दे रोले नु लेके दो तिरां च चल रहे झगड़े नु सुलझाउन आए पुलिस मुलाजमा ते ही हमला कर दिता गया। दसिया जा रहा है कि हमला करन वालियां च एक महिला भी शामिल है जिसकी तस्वीरां महाराणी परनीत कौर दे नाल ने। कहा जा रहा है कि उक्त महिला दे कांग्रेस नाल संबंध ने। पीड़ित सुखविंदर सिंह ने दोष लगाया है कि कुछ शरारती अंसरां वल्लों उन्हां दे प्लॉट ते कब्जा किया गया सी। जदों ओह उस नु छुड़वाउन लई गए तां उन्हां ते तेजधार हथियारां नाल हमला कर दिता गया। ਜੱਦੀ ਜਾਇਦਾਦ ਸੀਗੀ ਜੀ ਧੋਬੀ ਵਾਲੇ ਮਹੱਲੇ 'ਚ ਗਰਲ ਸਕੂਲ ਦੇ ਲਵੇ। ਅਸੀਂ ਆਪਣੀ ਜਗ੍ਹਾ 'ਤੇ ਗਏ ਸੀਗੇ ਅਤੇ ਉੱਥੇ ਸ਼ਮਸ਼ੇਰ ਸਿੰਘ ਸ਼ੇਰੀ ਅਤੇ ਉਹਦੇ ਨਾਲ ਹੋਰ 15-20 ਮੁੰਡੇ ਸੀਗੇ ਅਤੇ ਨਾਲ ਲੇਡੀ ਸੀ ਸੁਨੀਤਾ ਇੱਕ, ਉਹਦਾ ਘਰ ਵਾਲਾ ਉਹਦਾ ਬੇਟਾ। ਉਹਨਾਂ ਨੇ ਅਚਾਨਕ ਹਮਲਾ ਕਰਤਾ। ਜਦੋਂ ਸਾਨੂੰ ਸਾਹਿਬ ਨੂੰ ਬੁਲਾਇਆ ਇਹਨਾਂ ਨੂੰ ਅਸੀਂ ਕਤਵਾਲੀ 'ਚੋਂ, ਅਤੇ ਇਹ ਮੁਲਾਜ਼ਮ ਆਏ। ਇਹਨਾਂ ਨੇ ਸਾਨੂੰ ਜਾਣ ਨੂੰ ਕਿਹਾ ਵੀ ਉੱਥੇ ਕਾਗਜ਼ ਪੱਤਰ ਲੈ ਕੇ ਚਲੇ ਜਾਓ ਅਤੇ ਦੋਨੇ ਧਿਰਾਂ। ਜਦੋਂ ਅਸੀਂ ਆਉਣ ਲੱਗੇ ਸਾਡੇ ਬਾਕੀ ਸਾਰੇ ਘਰ ਚਲੇ ਗਏ ਮੂਹਰੇ। ਜੋ ਜਾਣ ਲੱਗੇ ਉਹਨਾਂ ਨੇ ਹਮਲਾ ਕਰਤਾ, ਇਹਨਾਂ ਮੁਲਾਜ਼ਮਾਂ 'ਤੇ ਵੀ ਹਮਲਾ ਕੀਤਾ। ਇਹਨਾਂ ਨੇ ਛੜਾਇਆ ਮੈਨੂੰ, ਬਚਾਇਆ ਨਹੀਂ, ਮੈਨੂੰ ਮਾਰ ਦਿੰਦੇ। ਉੱਧਰ ਪੁਲਿਸ ਨੇ ਇਸ ਮਾਮਲੇ ਵਿੱਚ ਹਮਲਾ ਕਰਨ ਵਾਲੇ 5 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇੱਕ ਬੰਦੇ ਕੋਲ ਕੋਈ ਹਥਿਆਰ ਸੀਗਾ, ਤੇਜ਼ ਹਥਿਆਰ ਸੀ, ਉਹਨੂੰ ਜਿਹੜੀ ਪੁਲਿਸ ਗਈ ਸੀ ਏਸੀ ਰਾਜਾ ਸਿੰਘ ਨੇ ਕਾਬੂ ਕਰ ਲਿਆ। ਤਾਂ 4-5 ਬੰਦਿਆਂ ਨੇ ਉਹਨੂੰ ਏਸੀ ਰਾਜਾ ਸਿੰਘ ਕੋਲੋਂ ਉਹਨੂੰ ਧੱਕੇ ਨਾਲ ਛੁਡਵਾਤਾ, ਅਤੇ ਉਸ ਬੰਦੇ ਨੂੰ ਜਿਹਦੇ ਕੋਲ ਕੋਈ ਤੇਜ਼ ਨੁਮਾ ਹਥਿਆਰ ਸੀਗਾ ਉਹਨੂੰ ਉੱਥੋਂ ਮੌਕੇ 'ਤੇ ਭਜਵਾਤਾ, ਅਤੇ ਪੁਲਿਸ ਨੇ ਬੱਸ ਰੋਕੀ ਕੀਤੀ। ਧੱਕਾ ਮੁੱਕੀ ਪੁਲਿਸ ਨੇ ਕੀਤੀ, ਉਹਦੇ ਰਿਗਾਰਡਿੰਗ ਪਰਚਾ ਦਰਜ ਕੀਤਾ ਗਿਆ। ਮੁਲਾਜ਼ਮ ਦਾਖਲ ਵੀ ਹਸਪਤਾਲ 'ਚ? ਹਾਂ, ਮੁਲਾਜ਼ਮ ਦਾਖਲ ਹੋਏ ਸੀਗੇ। ਪੁਲਿਸ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਹਾਲਾਤ ਇਸ ਕਦਰ ਬਦਤਰ ਹੋ ਗਏ ਨੇ ਕਿ ਸ਼ਰਾਰਤੀ ਅਨਸਰ ਪੁਲਿਸ 'ਤੇ ਹੀ ਹਮਲਾ ਕਰਨ 'ਚ ਗੁਰੇਜ਼ ਨਹੀਂ ਕਰਦੇ। ਨਾਭਾ ਤੋਂ ਰਾਹੁਲ ਖੁਰਾਨਾ, ਜਗਬਾਣੀ ਟੀਵੀ।